ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਦੇ ਮੈਲਬਨ ਸਪੋਰਟਸ ਸੈਂਟਰ ਪਾਰਕ ਵਿਲੇ ਦੇ ਐਸਟ੍ਰੋਟਰਫ ਮੈਦਾਨ ਤੇ ਕਰਵਾਏ ਜਾ ਰਹੇ ਪਹਿਲੇ ਮੈਲਬਨ ਹਾਕੀ ਕੱਪ ਦੀ ਮੁੱਖ ਸਪਾਂਸਰ ਆਸਟ੍ਰੇਲੀਆ ਦੀ ਪ੍ਰਸਿੱਧ ਟੈਕਸੇਸ਼ਨ ਕੰਪਨੀ ਕੁਆਇੰਟ ਅਸੈਂਸ਼ੀਅਲ ਟੈਕਸੇਸ਼ਨ ਮੁੱਖ ਸਪਾਂਸਰ ਹੋਵੇਗੀ। ਇਹ ਟੂਰਨਾਮੈਂਟ 23 ਤੋਂ ਲੈ ਕੇ 25 ਸਤੰਬਰ ਤੱਕ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਨਾਮ ਹੁਣ ਕੁਆਇੰਟ ਅਸੈਂਸ਼ੀਅਲ ਮੈਲਬਨ ਹਾਕੀ ਕੱਪ ਹੋਵੇਗਾ। ਇਸ ਟੂਰਨਾਮੈਂਟ 'ਚ 8 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਨੂੰ 2 ਪੂਲਾਂ 'ਚ ਵੰਡਿਆ ਗਿਆ ਹੈ। ਪੂਲਾਂ 'ਚ ਪਹਿਲੇ 2 ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨਗੀਆਂ। ਉਧਰ ਮੈਲਬਨ ਹਾਕੀ ਕੱਪ ਦੇ ਮੁੱਖ ਸਪਾਂਸਰ ਬਣਨ 'ਤੇ ਕੁਆਇੰਟ ਅਸੈਂਸ਼ੀਅਲ ਟੈਕਸੇਸ਼ਨ ਕੰਪਨੀ ਦੇ ਡਾਇਰੈਕਟਰ ਗਗਨਦੀਪ ਸਿੰਘ ਨੇ ਆਖਿਆ ਹੈ ਕਿ ਮੈਲਬਨ 'ਚ ਹੋਣ ਵਾਲੇ ਇਸ ਮਾਣ ਮੱਤੇ ਟੂਰਨਾਮੈਂਟ ਨੂੰ ਸਪਾਂਸਰ ਕਰਕੇ ਉਹ ਮਾਣ ਮਹਿਸੂਸ ਕਰ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਟੂਰਨਾਮੈਂਟ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਹੋਵੇਗਾ। ਉੱਥੇ ਹੀ ਇਸ ਟੂਰਨਾਮੈਂਟ 'ਚ ਪੰਜਾਬ ਤੋਂ ਓਲੰਪੀਅਨ ਅਤੇ ਵਿਧਾਇਕ ਪ੍ਰਗਟ ਸਿੰਘ ਵੀ ਉਚੇਚੇ ਤੌਰ ਦੇ ਉੱਤੇ ਪਹੁੰਚ ਰਹੇ ਨੇ।